ਹਾਂਜੀ ਸਟੂਡੈਂਟਸ, ਵੈਲਕਮ ਕਰਦੇ ਹਾਂ ਤੁਹਾਡਾ ਤੋਂ ਸਟੱਡੀ ਕਲਾਸ ਯੂਟਿਊਬ ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਇਕਾਂਗੀ ਆ, ਦੂਜਾ ਵਿਆਹ ਇਕਾਂਗੀ ਦਾ ਆਪਾਂ ਵਿਸ਼ਾ ਵਸਤੂ ਅਤੇ ਇਹਦੇ ਮਹੱਤਵਪੂਰਨ ਪਾਤਰ ਅਤੇ ਨਾਲ ਦੀ ਨਾਲ ਆਪਾਂ ਇਹਦੇ ਸ਼ੋਰਟ ਕੁਸ਼ਚਨਸ ਦੇਖਾਂਗੇ। ਹਾਂਜੀ, ਦੂਜਾ ਵਿਆਹ ਜਾਂ ਕੁਸ਼ਚਨ ਆ ਸਕਦਾ ਕਿ ਦੂਜਾ ਵਿਆਹ ਇਕਾਂਗੀ ਦੀ ਮੁੱਖ ਸਮੱਸਿਆ ਕੀ ਹੈ। ਹਾਂਜੀ, ਦੂਜਾ ਵਿਆਹ ਇਕਾਂਗੀ ਦੇ ਪ੍ਰਸਿੱਧ ਇਕਾਂਗੀਕਾਰ ਸੰਤ ਸਿੰਘ ਸੇਖੋਂ ਦੀ ਰਚਨਾ। ਇਹਦੇ ਵਿੱਚ ਇਕਾਂਗੀਕਾਰ ਨੇ ਨਵੀਂ ਅਤੇ ਪੁਰਾਣੀ ਪੀੜ੍ਹੀ ਦੀ ਟੱਕਰ ਨੂੰ ਪੇਸ਼ ਕੀਤਾ ਅਤੇ ਸੱਸ ਦੇ ਆਪਣੀ ਨੂੰਹ ਦੇ ਨਾਲ ਕਿਵੇਂ ਦਾ ਦੁਰਵਿਵਹਾਰ ਹੁੰਦਾ ਉਹ ਪੇਸ਼ ਕੀਤਾ, ਮਤਲਬ ਕਿ ਨਵੀਂ ਅਤੇ ਪੁਰਾਣੀ ਪੀੜ੍ਹੀ ਆਪਸ ਦੇ ਵਿੱਚ ਕੀ ਜਿਹੜੀ ਕਿ ਟੱਕਰ ਉਹ, ਅਤੇ ਸੱਸ ਆਪਣੀ ਨੂੰਹ ਨੂੰ ਕਿਵੇਂ ਜਿਹੜੇ ਕਿ ਉਹਦੇ ਨਾਲ ਦੁਰਵਿਵਹਾਰ ਕਰਦੀ ਉਹ ਇਹਦੇ ਵਿੱਚ ਪੇਸ਼ ਕੀਤਾ। ਅਤੇ ਪੁਰਾਣੇ ਵਿਚਾਰਾਂ ਦੀ ਜਿਹੜੀ ਕਿ ਸੱਸ ਦਾ ਨੂੰਹ ਦੀ ਗੱਲ ਗੱਲ ਦੇ ਵਿੱਚ ਨੁਕਸ ਛਾਂਟਣਾ, ਉਸ ਨਾਲ ਕਿਸੇ ਨਾ ਕਿਸੇ ਗੱਲ ਉੱਤੇ ਆਡਾ ਲਾਈ ਰੱਖਣਾ, ਭਾਵੇਂ ਕਿ ਉਹਦੇ ਨਾਲ ਲੜਨਾ, ਉਹਨੂੰ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਦੇ ਕੇ ਕਾਬੂ ਦੇ ਵਿੱਚ ਰੱਖਣ ਦਾ ਯਤਨ ਕਰਨਾ, ਸਹੁਰੇ ਅਤੇ ਪਤੀ ਦੁਆਰਾ ਉਹਨੂੰ ਦਿੱਤੀ ਖੁੱਲ੍ਹ ਨੂੰ ਬਰਦਾਸ਼ਤ ਨਾ ਕਰਨਾ, ਉਹਦੇ ਮਾਪਿਆਂ ਅਤੇ ਸਾਥਣਾਂ ਨੂੰ ਬੁਰਾ ਭਲਾ ਕਹਿਣਾ, ਇਸਤਰੀ ਸਭਾ ਦਾ ਵਿਰੋਧ ਕਰਨਾ, ਉਹਨੂੰ ਆਪਣੇ ਪਤੀ ਦਾ ਨਾਂ ਲੈਣ ਨਾ ਲੈਣ ਦੇਣਾ ਆਦਿ ਸਮਾਜ ਦੇ ਵਿੱਚ ਸੱਸ ਦੇ ਪ੍ਰਤੀ ਦੁਰਵਿਵਹਾਰ ਦੇ ਵਿੱਚੋਂ ਜਿਹੜੇ ਕਿ ਇਹ ਗੱਲਾਂ ਹੁੰਦੀਆਂ ਨੇ ਉਹ ਇਹਦੇ ਵਿੱਚ ਪੇਸ਼ ਕੀਤੇ ਗਏ ਨੇ। ਅਤੇ ਅਜਿਹੀ ਸੱਸ ਆਪਣੀ ਧੀ ਦੇ ਨਾਲ ਸਹੁਰੇ ਘਰ ਦੇ ਵਿੱਚ ਵੀ ਬੁਰੇ ਸਲੂਕ ਨੂੰ ਬਰਦਾਸ਼ਤ ਨਹੀਂ ਕਰਦੀ, ਮਤਲਬ ਕਿ ਜਿਹੜੀ ਸੱਸ ਹੈ ਉਹ ਨੂੰਹ ਨਾਲ ਤਾਂ ਸਾਰੀਆਂ ਚੀਜ਼ਾਂ ਕਰਦੀ ਆ, ਨੂੰਹ ਨਾਲ ਹਰ ਇੱਕ ਗੱਲ 'ਚ ਨੁਕਸ ਕੱਢਦੀ ਆ, ਉਹਨੂੰ ਉਹਦੇ ਦੂਜੇ ਵਿਆਹ ਦੇ ਪੁੱਤਰ ਦੇ ਦੂਜੇ ਵਿਆਹ ਦੇ ਧਮਕੇ ਦਿੰਦੀ ਆ, ਹਾਂ ਉਹਦੇ ਸਾਥਣਾਂ ਨੂੰ ਬੁਰਾ ਕਹਿੰਦੀ ਆ, ਉਹਨੂੰ ਬੁਰਾ ਕਹਿੰਦੀ ਆ, ਠੀਕ ਹੈ, ਉਹਦੇ ਮਾਪਿਆਂ ਨੂੰ ਬੁਰਾ ਕਹਿੰਦੀ ਆ, ਪਰ ਜਦੋਂ ਉਹਦੀ ਉਹੀ ਸਾਰੀਆਂ ਗੱਲਾਂ ਉਹਦੀ ਧੀ 'ਤੇ ਆਉਂਦੀਆਂ ਨੇ ਤਾਂ ਉਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦੀ, ਜਦਕਿ ਪਰਾਈ ਧੀ ਨੂੰ ਵੀ ਉਹ ਜਿਉਣ ਨਹੀਂ ਦਿੰਦੀ, ਠੀਕ ਹੈ, ਵੀ ਆਪਣੀ ਨੂੰਹ ਨੂੰ ਤਾਂ ਜਿਉਣ ਨਹੀਂ ਦਿੰਦੀ, ਪਰ ਆਪਣੀ ਧੀ ਨੂੰ ਜਿਹੜੀ ਕਿ ਉਹ ਇਹ ਗੱਲਾਂ ਜਦੋਂ ਉਹਦੇ ਨਾਲ ਹੁੰਦੀਆਂ ਤਾਂ ਉਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਤਾਂ ਇਸ ਤਰ੍ਹਾਂ ਸੱਸ ਦੇ ਨੂੰਹ ਪ੍ਰਤੀ ਵਰਤਾਓ ਰਾਹੀਂ ਇਕਾਂਗੀਕਾਰ ਨੇ ਇਸ ਇਕਾਂਗੀ ਦੇ ਵਿੱਚ ਇੱਕ ਨਵੀਂ ਅਤੇ ਪੁਰਾਣੀ ਪੀੜ੍ਹੀ ਦੀ ਟੱਕਰ ਨੂੰ ਪੇਸ਼ ਕੀਤਾ। ਇਕਾਂਗੀਕਾਰ ਦਾ ਵਿਸ਼ਾ ਭਾਵੇਂ ਨਵਾਂ ਅਤੇ ਮੌਲਿਕ ਨਹੀਂ ਹੈ, ਪਰੰਤੂ ਉਹਦੀ ਪੇਸ਼ਕਾਰੀ ਜਿਹੜੀ ਕਿ ਮੌਲਿਕ ਹੈ, ਅਤੇ ਇਹ ਵਿਸ਼ਾ ਸਮਾਜਿਕ ਸਮੱਸਿਆ ਦੀ ਯਥਾਰਥਕ ਤਸਵੀਰ ਨੂੰ ਪੇਸ਼ ਕਰਦਾ, ਠੀਕ ਹੈ, ਅਸਲੀ ਤਸਵੀਰ ਨੂੰ ਪੇਸ਼ ਕਰਦਾ। ਨਵੀਂ ਅਤੇ ਪੁਰਾਣੀ ਪੀੜ੍ਹੀ ਦੀ ਟੱਕਰ ਨੂੰ ਨੂੰਹ ਅਤੇ ਸੱਸ ਦੀ ਟੱਕਰ ਦੇ ਰੂਪ ਦੇ ਵਿੱਚ ਪੇਸ਼ ਕਰਕੇ ਇਕਾਂਗੀਕਾਰ ਨੇ ਇਸਦਾ ਸਮਾਧਾਨ ਇਹ ਪੇਸ਼ ਕਰਿਆ ਕਿ ਸੱਸ ਨੂੰਹ ਬਣਾਈ ਪਰਾਈ ਧੀ ਦੇ ਨਾਲ ਉਹੋ ਜਿਹਾ ਸਲੂਕ ਹੀ ਕਰਨਾ ਚਾਹੀਦਾ ਜਿਹੋ ਜਿਹਾ ਸਲੂਕ ਉਹ ਆਪਣੇ ਪਰਾਏ ਘਰ ਵੇਹੇਗੀ ਧੀ ਦੇ ਨਾਲ ਉਮੀਦ ਕਰਦੀ ਹੈ, ਵੀ ਉਹਦੀ ਧੀ ਦੇ ਨਾਲ ਜਿਵੇਂ ਦਾ ਵਧੀਆ ਵਿਵਹਾਰ ਉਹ ਵੀ ਉਹਨੂੰ ਆਪਣੀ ਨੂੰਹ ਦੇ ਨਾਲ ਕਰਨਾ ਚਾਹੀਦਾ। ਤਾਂ ਇਕਾਂਗੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਨਿਹਾਲ ਕੌਰ ਆਪਣੀ ਨੂੰਹ ਮਨਜੀਤ ਕੌਰ, ਭਾਵ ਕਿ ਨਿਹਾਲ ਕੌਰ ਸੱਸ ਅਤੇ ਉਹਦੀ ਨੂੰਹ ਹੈ ਕਿ ਮਨਜੀਤ ਕੌਰ, ਹਰ ਗੱਲ 'ਤੇ ਉਹਦੀ ਟਿੱਕਾ ਟਿੱਪਣੀ ਕਰਦੀ ਹੈ, ਭਾਵ ਕਿ ਹਰ ਗੱਲ 'ਤੇ ਉਹਦਾ ਨੁਕਸ ਕੱਢਦੀ ਹੈ, ਅਤੇ ਕਦੇ ਉਹ ਕਦੇ ਰੋਟੀ ਟੁੱਕ ਦੀ ਤਿਆਰੀ ਦੇ ਵਿੱਚ ਦੇਰ ਕਰਨ ਦਾ ਦੋਸ਼ ਲਾ ਕੇ ਉਹਦੇ ਵਿੱਚ ਨੁਕਸ ਕੱਢਦੀ ਆਪਣੀ ਨੂੰਹ ਦੇ ਵਿੱਚ ਮਨਜੀਤ ਕੌਰ ਦੇ, ਕਦੇ ਕਹਿੰਦੇ ਹੋ ਕਿ ਘੜੀ ਦੇਖ ਦੇਖ ਕੇ ਕੰਮ ਕਰਦੀ ਹੈ, ਕਦੇ ਉਹਦੇ ਉਸ ਉੱਪਰ ਸ਼ਿੰਗਾਰ ਕਰਨ ਉੱਤੇ ਸਮਾਂ ਖਰਾਬ ਕਰਨ ਦਾ ਦੋਸ਼ ਲਾਉਂਦੀ ਹੈ, ਅਤੇ ਕਦੇ ਕਦੇ ਸਬਜ਼ੀ ਮੋਟੀ ਕੱਟਣ ਦਾ ਦੋਸ਼ ਲਾਉਂਦੀ ਹੈ, ਅਤੇ ਉਹਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਮਨਜੀਤ ਗਵਾਂਢਣ ਨਾਲ ਇਸਤਰੀ ਸਭਾ ਦੇ ਮੈਂਬਰ ਕਿਉਂ ਬਣ ਗਈ, ਇਸਤਰੀ ਸਭਾ ਦੀ ਮੈਂਬਰ ਕਿਉਂ ਬਣ ਗਈ। ਤਾਂ ਫਿਰ ਉਹ ਡਰਾਬਾ ਦਿੰਦੀ ਆਪਣੀ ਨੂੰਹ ਨੂੰ ਕਿ ਆਪਣੇ ਪੁੱਤਰ ਦਾ ਉਹ ਦੂਜਾ ਵਿਆਹ ਕਰ ਦੂੰਗੀ। ਤਾਂ ਮਨਜੀਤ ਉਸ ਨਾਲ ਬੜੇ ਸਤਿਕਾਰ ਅਤੇ ਨਿਰਮਾਣਤਾ ਨਾਲ ਪੇਸ਼ ਹੁੰਦੀ ਹੈ, ਅਤੇ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਅੱਜ ਉਹਨਾਂ ਦੇ ਘਰ ਕਿਸੇ ਪ੍ਰਾਹੁਣੇ ਨੇ ਆਉਣਾ, ਇਸ ਲਈ ਉਸਨੇ ਆਟਾ ਬਹੁਤਾ ਗੁੰਨਿਆ, ਵੀ ਜ਼ਿਆਦਾ ਗੁੰਨਿਆ, ਅਤੇ ਉਹ ਨਿਹਾਲ ਕੌਰ ਤੋਂ ਪ੍ਰਾਹੁਣੇ ਲਈ ਕੜਾਹ ਬਣਾਉਣ ਦੀ ਆਗਿਆ ਲੈਂਦੀ ਆ। ਤਾਂ ਨਿਹਾਲ ਕੌਰ ਉਸਦੀ ਇਹ ਸਾਰੀਆਂ ਗੱਲਾਂ 'ਤੇ ਬਹੁਤ ਉਹਨੂੰ ਟਿੱਕਾ ਟਿੱਪਣੀ ਕਰਦੀ ਹੈ, ਭਾਵ ਕਿ ਬੁਰਾ ਭਲਾ ਕਹਿੰਦੀ ਹੈ। ਤਾਂ ਅਸਲ ਦੇ ਵਿੱਚ ਮਨਜੀਤ ਨੂੰ ਪਤਾ ਸੀ ਕਿ ਅੱਜ ਉਸਦਾ ਪਤੀ ਸੁਖਦੇਵ ਆ ਰਿਹਾ, ਵੀ ਮਨਜੀਤ ਨੂੰ ਪਤਾ ਸੀ ਵੀ ਕੌਣ ਆ ਰਿਹਾ, ਉਹਦਾ ਪਤੀ ਸੁਖਦੇਵ ਆ ਰਿਹਾ। ਇੰਨੇ ਨੂੰ ਘਰ ਆ ਜਾਂਦਾ ਤਾਂ ਨਿਹਾਲ ਕੌਰ ਹੈਰਾਨ ਰਹਿ ਜਾਂਦੀ ਆ, ਤਾਂ ਮਨਜੀਤ ਸੁਖਦੇਵ ਨੂੰ ਉਹਦੀ ਇੱਛਾ ਅਨੁਸਾਰ ਉਸਦਾ ਨਾਂ ਲੈ ਕੇ ਬੁਲਾਉਂਦੀ ਆ, ਅਤੇ ਨਿਹਾਲ ਕੌਰ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ ਕਿ ਉਹਦੀ ਨੂੰਹ ਉਹਦੇ ਪੁੱਤਰ ਦਾ ਜਿਹੜੀ ਕਿ ਨਾਂ ਲੈਂਦੀ ਆ।
ਤਾਂ ਜਦੋਂ ਸੁਖਦੇਵ ਸਿੰਘ ਨੂੰ ਪਤਾ ਲੱਗਦਾ ਕਿ ਉਸਦੀ ਮਾਂ ਮਨਜੀਤ ਨੂੰ ਉਸ ਸੁਖਦੇਵ ਦਾ ਦੂਜਾ ਵਿਆਹ ਕਰਨ ਦੀ ਧਮਕੀਆਂ ਦਿੰਦੀਆਂ, ਤਾਂ ਉਹ ਮਨਜੀਤ ਅੱਗੇ ਸਪੱਸ਼ਟ ਕਰ ਦਿੰਦਾ ਕਿ ਉਸਦੀ ਮਾਂ ਨੂੰ ਵੀ ਸਾਰੀ ਉਮਰ ਉਹਨਾਂ ਦੇ ਪਿਓ ਵੱਲੋਂ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਨੇ। ਤਾਂ ਉਹ ਸਮਝਦੀ ਹੈ ਕਿ ਨੂੰਹ ਨੂੰ ਕਾਬੂ ਰੱਖਣ ਲਈ ਉਸਨੂੰ ਪੁੱਤਰ ਦੇ ਦੂਜੇ ਵਿਆਹ ਦਾ ਡਰ ਦੇਣਾ ਜ਼ਰੂਰੀ ਹੈ। ਭਾਵ ਕਿ ਜਦੋਂ ਉਹਦੇ ਪੁੱਤਰ ਨੂੰ ਪਤਾ ਲੱਗਦਾ ਕਿ ਉਹਦੀ ਮਦਰ ਵੀ ਉਹਦੇ ਘਰਵਾਲੀ ਨੂੰ ਕਿਵੇਂ ਧਮਕੀਆਂ ਦਿੰਦੀ ਹੈ, ਤਾਂ ਉਹ ਅੱਗੇ ਤੋਂ ਉਹਦੀ ਘਰਵਾਲੀ ਨੂੰ ਇਹ ਕਹਿੰਦਾ ਕਿ ਪਹਿਲਾਂ ਵੀ ਮੇਰੀ ਮਾਂ ਨੂੰ ਵੀ ਉਹਦੀ ਸੱਸ ਐਵੇਂ ਧਮਕੀਆਂ ਦਿੰਦੀ ਹੁੰਦੀ ਸੀ, ਉਹਨਾਂ ਨੂੰ ਐਂ ਲੱਗਦਾ ਸੀ ਵੀ ਐਵੇਂ ਨੂੰਹਾਂ ਕਾਬੂ ਦੇ ਵਿੱਚ ਰਹਿੰਦੀਆਂ ਨੇ। ਠੀਕ ਹੈ, ਅਤੇ ਕੁਛ ਸਮੇਂ ਮਗਰੋਂ ਫਿਰ ਨਿਹਾਲ ਕੌਰ ਦੀ ਧੀ ਆ ਜਾਂਦੀ ਸੁਖਦੇਵ ਕੌਰ। ਭਾਵ ਕਿ ਇਸ ਦੇ ਵਿੱਚ ਆਪਾਂ ਨਿਹਾਲ ਕੌਰ ਆ ਜਿਹੜੀ ਸੱਸ ਹੈ, ਨਿਹਾਲ ਕੌਰ ਦੀ ਨੂੰਹ ਮਨਜੀਤ ਕੌਰ ਆ, ਅਤੇ ਨਿਹਾਲ ਕੌਰ ਦਾ ਮੁੰਡਾ ਹੈਗਾ ਸੁਖਦੇਵ ਸਿੰਘ, ਅਤੇ ਨਿਹਾਲ ਕੌਰ ਦੀ ਧੀ ਹੈਗੀ ਸੁਖਦੇਵ ਕੌਰ। ਤਾਂ ਸੁਖਦੇਵ ਕੌਰ ਆ ਜਿਹੜੀ ਕਿ ਉਹਦੀ ਚਿੱਠੀ ਆ ਜਾਂਦੀ ਆ ਕੁਛ ਸਮੇਂ ਮਗਰੋਂ, ਜਿਹਦੇ ਵਿੱਚ ਲਿਖਿਆ ਵਾ ਹੁੰਦਾ ਕਿ ਉਸਦਾ ਪਤੀ ਦੂਜਾ ਵਿਆਹ ਕਰਨਾ ਚਾਹੁੰਦਾ। ਤਾਂ ਇਹ ਸੁਣ ਕੇ ਨਿਹਾਲ ਕੌਰ ਰੋਣ ਲੱਗ ਜਾਂਦੀ ਆ, ਅਤੇ ਕਿਉਂਕਿ ਉਹ ਧੀ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਦੀ, ਪਰ ਨਾਲ ਹੀ ਨਾਲ ਉਹਨੂੰ ਇਹ ਸਿੱਖਿਆ ਮਿਲ ਜਾਂਦੀ ਆ ਕਿ ਉਸਨੂੰ ਆਪਣੀ ਨੂੰਹ ਨੂੰ ਵੀ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਨਹੀਂ ਦੇਣੀਆਂ ਚਾਹੀਦੀਆਂ। ਜਿਸ ਤਰ੍ਹਾਂ ਉਹਨੂੰ ਅੱਜ ਦੁੱਖ ਲੱਗ ਰਿਹਾ ਉਵੇਂ ਉਹਦੀ ਨੂੰਹ ਨੂੰ ਲੱਗ ਰਿਹਾ ਹੁੰਦਾ, ਤਾਂ ਉਹ ਨੂੰਹ ਤੋਂ ਮਾਫ਼ੀ ਮੰਗਦੀ ਆ। ਤਾਂ ਇਸ ਵੇਲੇ ਭਰਾ ਨੂੰ ਮਿਲਣ ਲਈ ਸੁਖਦੇਵ ਕੌਰ ਆਪਣੀਆਂ ਦੋਹਾਂ ਧੀਆਂ ਸਮੇਤ ਉੱਥੇ ਪਹੁੰਚ ਜਾਂਦੀ ਆ, ਅਤੇ ਉਦੋਂ ਪਤਾ ਲੱਗਦਾ ਕਿ ਦੂਜੇ ਵਿਆਹ ਦੀ ਗੱਲ ਉਸਦੇ ਪਤੀ ਨੇ ਐਵੇਂ ਹੀ ਮਖੌਲ ਦੇ ਵਿੱਚ ਲਿਖੀ ਸੀ। ਠੀਕ ਹੈ, ਤਾਂ ਇਸ ਤਰ੍ਹਾਂ ਇਕਾਂਗੀਕਾਰ ਨੇ ਇਸ ਇਕਾਂਗੀ ਦੇ ਵਿੱਚ ਨਵੀਂ ਅਤੇ ਪੁਰਾਣੀ ਪੀੜ੍ਹੀ ਦੀ ਟੱਕਰ ਨੂੰ ਸੱਸ ਦੇ ਆਪਣੀ ਨੂੰਹ ਨਾਲ ਦੁਰਵਿਵਹਾਰ ਨੂੰ ਪੇਸ਼ ਕੀਤਾ, ਜਿਹਦਾ ਸਮਾਧਾਨ ਇਹ ਪੇਸ਼ ਕੀਤਾ ਕਿ ਸੱਸ ਨੂੰ ਨੂੰਹ ਬਣਾਈ ਇਹ ਪਰਾਈ ਧੀ ਦੇ ਨਾਲ ਵੀ ਉਹੋ ਜਿਹੇ ਸਲੂਕ ਕਰਨਾ ਚਾਹੀਦਾ ਜਿਹੋ ਜਿਹੋ ਆਪਣੇ ਪਰਾਈ ਘਰ ਦੇ ਵਿੱਚ ਵਿਆਹੀ ਆਪਣੀ ਲੜਕੀ ਦੇ ਨਾਲ ਚਾਹੁੰਦੀ, ਆਪਣੀ ਧੀ ਦੇ ਨਾਲ ਉਮੀਦ ਕਰਦੀ ਹੈ ਕਿ ਉਹਦੇ ਨਾਲ ਚੰਗਾ ਵਿਵਹਾਰ ਹੋਵੇ। ਠੀਕ ਹੈ, ਸੋ ਇਹ ਤਾਂ ਵਿਸ਼ਾ ਵਸਤੂ ਸੀ ਸਾਰ। ਨੈਕਸਟ ਸਾਹਿਤਿਕ ਦ੍ਰਿਸ਼ਟੀਕੋਣ ਤੋਂ ਪਰਖ, ਵੈਸੇ ਕਦੇ ਆਉਂਦਾ ਤਾਂ ਨਹੀਂ ਹੈ, ਤੁਸੀਂ ਇੱਕ ਵਾਰ ਜਸਟ ਦੇਖ ਲੈਣਾ ਇਹਦੇ ਵਿੱਚ ਪਹਿਲਾਂ ਵਿਸ਼ਾ ਵਸਤੂ ਆ ਜਾਊਗਾ ਪੁਆਇੰਟ, ਫਿਰ ਇਹਦਾ ਉਦੇਸ਼ ਆਪਾਂ ਨੂੰ ਇਹਦੇ ਵਿੱਚ ਹੋ ਗਿਆ ਕਿ ਆਪਾਂ ਉਦੇਸ਼ ਕੀ ਰੱਖ ਕੇ ਲਿਖੇ ਗਏ ਇਕਾਂਗੀ ਆ। ਪਲਾਂਟ ਭਾਵ ਕਿ ਇਹਦੇ ਵਿੱਚ ਸਾਰੀਆਂ ਘਟਨਾਵਾਂ ਆ ਜਾਣਗੀਆਂ ਕੀ ਕੀ ਇਹਦੇ ਵਿੱਚ ਪੇਸ਼ ਕੀਤਾ ਗਿਆ। ਠੀਕ ਹੈ, ਪਾਤਰ ਇਹਦੇ ਵਿੱਚ ਕਿਹੜੇ ਕਿਹੜੇ ਨੇ ਆਪਾਂ ਤੁਹਾਨੂੰ ਦੱਸਤਾ, ਫਿਰ ਵਾਰਤਾਲਾਪ ਉਹਨਾਂ ਦੇ ਮੂੰਹ ਤੋਂ ਉਹਨਾਂ ਦੇ ਡਾਇਲੋਗਸ। ਠੀਕ ਹੈ, ਵਾਤਾਵਰਣ, ਵਾਰਤਾਲਾਪ, ਭਾਸ਼ਾ ਸ਼ੈਲੀ ਰੋਚਕ ਹੈ, ਪਾਤਰਾਂ ਦੇ ਅਨੁਸਾਰ ਹੈ, ਸਿਰਲੇਖ ਢੁੱਕਵਾਂ। ਠੀਕ ਹੈ, ਅਤੇ ਇਹਦਾ ਸਿਰਲੇਖ ਇਹਦੇ ਵਿਚਲੀ ਸਮੱਸਿਆ ਦੇ ਆਧਾਰ 'ਤੇ ਰੱਖਿਆ ਗਿਆ। ਨੈਕਸਟ ਰੰਗਮੰਚ 'ਤੇ ਇਹਨੂੰ ਖੇਡਿਆ ਜਾ ਸਕਦਾ, ਠੀਕ ਹੈ, ਸਫਲਤਾ ਦੇ ਨਾਲ ਇਹਦੇ ਪਾਤਰਾਂ ਦੇ ਵਿੱਚੋਂ। ਹਾਂਜੀ, ਪਾਤਰਾਂ ਦੇ ਵਿੱਚੋਂ ਇੱਕ ਤਾਂ ਤੁਸੀਂ ਮਨਜੀਤ ਕੌਰ, ਠੀਕ ਹੈ, ਨਿਹਾਲ ਕੌਰ, ਇਹਨਾਂ ਦੇ ਇੰਪੋਰਟੈਂਟ ਹੈ ਮੇਨ। ਤਾਂ ਮੁੱਖ ਪਾਤਰ ਕੌਣ ਹੈ ਜੀ? ਹਾਂਜੀ, ਮੁੱਖ ਪਾਤਰ ਜਾਂ ਇਸਦੇ ਪਾਤਰ ਮਨਜੀਤ ਕੌਰ, ਮਨਜੀਤ ਕੌਰ ਇਸ ਇਕਾਂਗੀ ਦੇ ਮੁੱਖ ਪਾਤਰ ਆ ਉਹਦੀ ਨੂੰਹ। ਠੀਕ ਹੈ, ਇਹਦੇ ਵਿੱਚੋਂ ਸਭ ਤੋਂ ਪਹਿਲਾਂ ਤਾਂ ਜਾਣ ਪਛਾਣ ਆਜੂਗੀ। ਜਾਣ ਪਛਾਣ ਦੇ ਵਿੱਚ ਹੁਣ ਆਪਾਂ ਵੈਸੇ ਤੁਹਾਨੂੰ ਇਹੀ ਸਾਰ ਕਰਨ ਤੋਂ, ਵਿਸ਼ਾ ਵਸਤੂ ਕਰਨ ਤੋਂ ਬਾਅਦ ਤੁਸੀਂ ਇਹਨੂੰ ਆਪਣੇ ਕੋਲੋਂ ਵੀ ਬਣਾ ਸਕਦੇ ਹੋ, ਪੁਆਇੰਟਸ ਨਿਕਲ ਜਾਂਦੇ ਹੁੰਦੇ ਨੇ। ਠੀਕ ਹੈ, ਜਾਣ ਪਛਾਣ 'ਚ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਵਿੱਚ ਉਹਦੇ ਪਾਤਰ ਬਾਰੇ ਕੀ ਕੁਛ ਦੱਸਿਆ ਗਿਆ। ਸਾਨੂੰ ਸਭ ਤੋਂ ਵਧੇਰੇ ਮਨਜੀਤ ਦਾ ਚਰਿੱਤਰ ਪਸੰਦ ਆ, ਉਹ ਸੁਖਦੇਵ ਦੀ ਪਤਨੀ ਦੇ ਨਿਹਾਲ ਕੌਰ ਦੀ ਨੂੰਹ। ਉਸਦੇ ਵਿਆਹ ਹੋਏ ਨੂੰ 2.5 ਸਾਲ ਹੋ ਗਏ ਨੇ, ਪਰ ਅਜੇ ਕੋਈ ਬੱਚਾ ਨਹੀਂ ਸੀ। ਇਕਾਂਗੀ ਵਿੱਚ ਉਸਦਾ ਕਾਰਜ ਬੜਾ ਹੀ ਮਹੱਤਵਪੂਰਨ ਹੈ, ਅਤੇ ਇਕਾਂਗੀ ਦੇ ਮੁੱਖ ਪਾਤਰ ਆ। ਪਹਿਲਾ ਪੁਆਇੰਟ ਕੀ ਹੈ ਕਿ ਗੁੱਸੇ ਵਿੱਚ ਨਾ ਆਉਣ ਵਾਲੀ ਅਤੇ ਹਸਮੁੱਖ ਹੈ। ਠੀਕ ਹੈ, ਅੱਗੇ ਤਾਂ ਵਿੱਚ ਥੋੜ੍ਹਾ ਥੋੜ੍ਹਾ ਐਕਸਪਲੇਨ ਕੀਤਾ ਹੋਇਆ। ਨਿਰਮਾਣ, ਭਾਵ ਕਿ ਉਹ ਨਿਰਮਾਣਤਾ ਦੇ ਨਾਲ ਕੰਮ ਕਰਦੀ ਹੈ, ਸਭ ਦੀ ਸੇਵਕ ਅਤੇ ਹੌਲੀ ਮੱਤ ਵਾਲੀ ਆ, ਦਲੀਲ ਨਾਲ ਗੱਲ ਕਰਨ ਵਾਲੀ ਆ, ਉਹ ਆਪਣੇ ਕੌੜੇ ਅਤੇ ਰਖਾਲੂ ਸੁਭਾਅ ਦੇ ਸੁਭਾਅ ਸੱਸ ਨਾਲ ਵੀ ਦਲੀਲ ਦੇ ਨਾਲ ਗੱਲ ਕਰਦੀ ਹੈ। ਨਵੇਂ ਖਿਆਲਾਂ ਵਾਲੀ ਹੈ, ਉਹ ਘੁੰਡਣੀ ਕੱਢਦੀ ਆਪਣੇ ਪਤੀ ਦਾ ਨਾਮ ਲੈ ਕੇ ਬੁਲਾਉਂਦੇ, ਇਸਤਰੀ ਸਭਾ ਦੀ ਮੈਂਬਰ ਆ। ਠੀਕ ਹੈ, ਪੜ੍ਹਾਈ ਦੇ ਵਿੱਚ ਦਿਲਚਸਪੀ ਰੱਖਣ ਵਾਲੀ ਹੈ, ਅਤੇ ਘਰ ਦੇ ਕੰਮਾਂ ਨੂੰ ਵੀ ਦਿਲਚਸਪੀ ਨਾਲ ਕਰਨ ਵਾਲੀ ਹੈ। ਨਿੰਦਿਆ ਪਸੰਦ ਨਾ ਕਰਨ ਵਾਲੀ ਹੈ, ਨਿੰਦਿਆ ਪਸੰਦ ਨਹੀਂ ਕਰਦੀ। ਠੀਕ ਹੈ,
ਅਤੇ ਆਪਣੇ ਹੱਕਾਂ ਉੱਤੇ ਪਹਿਰਾ ਦੇਣ ਵਾਲੀ ਵੀ ਆ। ਉਹ ਆਪਣੀ ਸੱਸ ਨੂੰ ਕਹਿੰਦੇ ਕਿ ਤੁਸੀਂ ਕਰੋ ਸਹੀ ਆਪਣੇ ਪੁੱਤਰ ਦਾ ਦੂਜਾ ਵਿਆਹ, ਮੈਂ ਤੁਹਾਡੇ ਦਰ 'ਤੇ ਸ਼ਹੀਦ ਹੋ ਕੇ ਮਰ ਜਾਣਾ। ਤਿੰਨ ਨਾਲ ਨਾਲ ਪਿਆਰ ਰੱਖਣ ਵਾਲੀ ਆ, ਠੀਕ ਹੈ। ਇੱਕ ਸੁਚੱਜੀ ਨੂੰ ਆ, ਹਾਜ਼ਰ ਜਵਾਬ ਆ, ਵਿਅੰਗਮਈ ਦੇ ਹਾਸਰਸੀ ਸੁਭਾਅ ਵਾਲੀ ਆ, ਠੀਕ ਹੈ। ਆਪਣੇ ਕੌੜੇ ਸੁਭਾਅ ਵਾਲੀ ਸੱਸ ਨੂੰ ਕਹਿੰਦੇ ਆ ਕਿ ਨਰਮ ਤਾਂ ਮਾਂ ਜੀ ਤੁਸੀਂ ਬੜੇ ਹੋ, ਕੜਾ ਨਾਲੋਂ ਵੀ ਕੁਲੇ ਹੋ, ਠੀਕ ਹੈ। ਇੱਕ ਸਮਾਜ ਸੇਵਿਕ ਆ, ਉਹ ਇਸਤਰੀ ਸਭਾ ਦੀ ਮੈਂਬਰ ਬਣੀ ਹੋਈ ਹੈ। ਅਤੇ ਅੱਗੇ ਨਿਹਾਲ ਕੌਰ ਦੀ ਸੱਸ, ਹਾਂਜੀ, ਇਹਦੇ ਵਿੱਚ ਪਹਿਲਾਂ ਤਾਂ ਦਿਲਚਸਪ ਪਾਤਰ ਹੈ, ਮਨਜੀਤ ਦੀ ਸੱਸ ਹੈ, ਅਤੇ ਉਹਦਾ ਪਤੀ ਦਾ ਨਾਮ ਗੁਰਜੀਤ ਸਿੰਘ ਹੈ, ਸੁਖਦੇਵ ਸਿੰਘ ਉਹਦਾ ਪੁੱਤਰ ਹੈ, ਸੁਖਦੇਵ ਕੌਰ ਉਹਦੀ ਧੀ ਹੈ, ਠੀਕ ਹੈ। ਖਲਨਾਇਕ ਦੇ ਤੌਰ 'ਤੇ ਜਿਹੜੀ ਕਿ ਇਹ ਰੋਲ ਅਦਾ ਕਰਦੀ ਹੈ। ਗੱਲ ਗੱਲ 'ਤੇ ਨੁਕਸ ਕੱਢਣ ਵਾਲੀ, ਛਾਂਟਣ ਵਾਲੀ, ਕੌੜੇ ਸੁਭਾਅ ਵਾਲੀ ਹੈ। ਅੱਗੇ ਝੂਠੀਆਂ ਊਜਾਂ ਲਾਉਣ ਵਾਲੀ, ਭਾਵ ਕਿ ਝੂਠੇ ਦੋਸ਼ ਲਾਉਣ ਵਾਲੀ, ਚੋਭਾ ਲਾਉਣ ਵਾਲੀ ਹੈ, ਠੀਕ ਹੈ। ਹਰ ਗੱਲ 'ਤੇ ਨੁਕਸ ਕੱਢਦੀ ਹੈ, ਚੋਭਾ ਮਾਰਦੀ ਹੈ, ਮਾਂ ਨੇ ਬੜੀ ਤਾਕ ਕਰਕੇ ਭੇਜੀ ਹੈ, ਠੀਕ ਹੈ। ਵੀ ਐਵੇਂ ਆਪਣੇ ਨੂੰਹ 'ਤੇ ਕਮੈਂਟ ਕਰਦੀ ਹੈ, ਉਹ ਇਰਖਾਲੂ ਆ, ਗੁੱਸੇ ਵਾਲੀ ਹੈ, ਈਰਖਾ ਕਰਨ ਵਾਲੀ ਹੈ, ਅਤੇ ਗੱਲ ਨੂੰ ਭੁੰਜੇ ਨਾ ਪੈਣ ਦੇਣ ਵਾਲੀ ਹੈ, ਹਰ ਗੱਲ 'ਤੇ ਨੁਕਸ ਕੱਢਦੀ ਹੈ, ਠੀਕ ਹੈ। ਇੱਟ ਖੜਿੱਕਾ ਲਾਈ ਰੱਖਦੀ ਆਪਦੇ ਨੂੰਹ ਦੇ ਨਾਲ, ਬੋਲ ਕਬੋਲ ਸ਼ਬਦ ਬੋਲਣ ਵਾਲੀ ਹੈ, ਜਿਵੇਂ ਉਹ ਗੁਆਂਢਣ ਅਤੇ ਸਭਾ ਦੀਆਂ ਮੈਂਬਰਾਂ ਸੰਬੰਧੀ ਛੁੱਟੜ ਅਤੇ ਖੁੱਟੜੀ ਆਦਿ ਸ਼ਬਦ ਕਰ ਉਹਨਾਂ ਨੂੰ ਬੋਲ ਕੇ ਕਬੋਲ ਬੋਲਦੀ ਹੈ। ਵਿਹਲੀ ਨਾ ਬੈਠਣ ਵਾਲੀ ਚਰਖਾ ਕੱਤਦੀ ਹੈ, ਸਵੇਰੇ 3 ਗਲੋਟੇ ਲਾ ਕੇ ਚੌਥਾ ਸ਼ੁਰੂ ਕਰ ਦਿੰਦੀ ਹੈ ਸਵੇਰੇ ਸਵੇਰੇ। ਪੁਰਾਣੇ ਖਿਆਲਾਂ ਦੀ ਹੈ, ਠੀਕ ਹੈ। ਪਤੀ ਦਾ ਨਾਂ ਲੈਣਾ ਅਤੇ ਘੁੰਡ ਚੁੱਕਣ ਦੇ ਵਿਰੁੱਧ ਹੈ। ਮਮਤਾ ਨਾਲ ਭਰਪੂਰ ਆਪਣੀ ਧੀ ਦੇ ਨਾਲ ਉਹਨੂੰ ਬਹੁਤ ਪਿਆਰ ਹੈ, ਅਤੇ ਪੁੱਤਰ ਦੇ ਘਰ ਦੇ ਵਿੱਚ ਬੱਚੇ ਦੇ ਜਨਮ ਦੀ ਇੱਛਾ ਵੀ ਰੱਖਦੀ ਹੈ, ਆਪਣੀ ਚਲਾਉਣ ਦੀ ਚਾਹਵਾਨ, ਠੀਕ ਹੈ। ਉਹ ਨੂੰਹ ਦੇ ਅੱਗੇ ਆਪਣੀ ਚਲਾਉਣ ਦੀ ਚਾਹਵਾਨ ਆ। ਉਹ ਸ਼ੱਕੀ ਸੁਭਾਅ ਵਾਲੀ ਆ, ਉਹ ਡਾਊਟ ਕਰਦੀ ਹੈ, ਠੀਕ ਹੈ। ਜਦੋਂ ਉਹ ਪੁਦੀਨਾ ਤੋੜਨ ਗਈ ਸੀ ਤਾਂ ਉਸਨੂੰ ਨੂੰਹ ਪੁੱਤਰ ਉਸਦੀਆਂ ਚੁਗਲੀਆਂ ਕਰਦੇ ਨੇ, ਠੀਕ ਹੈ। ਤਾਂ ਉਸਦੇ ਨੂੰਹ ਪੁੱਤਰ ਉਸਦੀਆਂ ਚੁਗਲੀਆਂ ਕਰਦੇ ਨੇ, ਉਹਨੂੰ ਇਹ ਗੱਲ ਦਾ ਸ਼ੱਕ ਹੋ ਜਾਂਦਾ। ਮਾਨਸਿਕ ਕਲੇਸ਼ ਦੀ ਸ਼ਿਕਾਰ ਉਹ, ਪਤੀ ਦੇ ਦੂਜਾ ਵਿਆਹ ਕਰਵਾਉਣ 'ਤੇ ਉਹ ਕਲੇਸ਼ ਦਾ ਸ਼ਿਕਾਰ ਹੋ ਜਾਂਦੀ ਹੈ, ਅਤੇ ਇਸਦਾ ਬਦਲਾ ਲੈਣ ਵੀ ਆਪਣੀ ਨੂੰਹ ਨੂੰ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਨ ਦੀ ਧਮਕਿਆ ਰਹਿੰਦੀ ਹੈ। ਮੌਕੇ ਅਨੁਸਾਰ ਬਦਲਣ ਜਾਣ ਵਾਲੀ ਆ ਉਹ, ਆਪਣੀ ਧੀ ਦਾ ਦੁੱਖ ਦੇਖ ਕੇ ਜਿਹੜੀ ਕਿ ਫਿਰ ਬਦਲ ਜਾਂਦੀ ਹੈ, ਅਤੇ ਆਪਣੀਆਂ ਵਧੀਕੀਆਂ ਨੇ ਜਿਹੜੀ ਪਹਿਲਾਂ ਆਪਣੇ ਨੂੰਹ ਦੇ ਪ੍ਰਤੀ ਕਰਦੇ ਤੋਂ ਮਾਫ਼ੀ ਮੰਗਦੀ ਹੈ। ਅੱਗੇ ਉਹਦਾ ਮੁੰਡੇ ਦਾ, ਸੁਖਦੇਵ ਦਾ, ਸਿਰਫ ਤੁਸੀਂ ਅੱਗੇ ਇਹਦੇ ਹੈਡਿੰਗ ਹੈਡਿੰਗ ਪੜ੍ਹ ਲਓ, ਵਿੱਚੋਂ ਤਾਂ ਆਰਾਮ ਨਾਲ ਹੋ ਜਾਂਦਾ, ਠੀਕ ਹੈ। ਗੁਰਜੀਤ ਸਿੰਘ ਅਤੇ ਨਿਹਾਲ ਕੌਰ ਦਾ ਪੁੱਤਰ ਆ ਉਹ, ਅਤੇ ਉਸਦਾ ਵਿਆਹ ਹਜੇ 2.5 ਸਾਲ ਹੋ ਗਿਆ, ਪਰ ਘਰ ਦੇ ਵਿੱਚ ਕੋਈ ਬੱਚਾ ਨਹੀਂ, ਠੀਕ ਹੈ। ਪੜ੍ਹਿਆ ਲਿਖਿਆ ਅਤੇ ਨਵੀਨ ਖਿਆਲਾਂ ਵਾਲ ਦਾ ਮਾਲਕ ਹੈ, ਹਸਮੁਖੀ ਦਾ ਮਖੌਲੀ ਆ ਉਹ। ਉਹ ਨਿਹਾਲ ਕੌਰ ਨੂੰ ਵੀ ਕਹਿੰਦਾ, ਹਾਂ ਬੜੀ ਖੁਸ਼ੀ ਨਾਲ ਕਰੋ ਪ੍ਰਬੰਧ ਮਾਂ ਜੀ ਦੂਜੇ ਵਿਆਹ ਦਾ, ਠੀਕ ਹੈ। ਮਨਜੀਤ ਮੇਰੇ ਕੋਲੋਂ ਛਾਉਣੀ ਰਿਹਾ ਕਰੂ, ਅਤੇ ਤੁਹਾਡੀ ਦੂਜੀ ਨੂੰ ਤੁਹਾਡੀ ਸੇਵਾ ਕਰਿਆ ਕਰੂ, ਠੀਕ ਹੈ। ਦਲੀਲਬਾਜ਼ੀ ਆ, ਦਲੀਲ ਦੇ ਨਾਲ ਗੱਲ ਕਰਨ ਵਾਲਾ, ਹਾਜ਼ਰ ਜਵਾਬ ਆ, ਭੈਣਾਂ ਦੇ ਹੱਕਾਂ ਦੀ ਰਾਖੀ ਕਰਨ ਵਾਲਾ। ਮਖੌਲ, ਜਦੋਂ ਉਹਦੇ ਪਤਾ ਲੱਗਦਾ ਚਿੱਠੀ ਆਉਂਦੀ ਹੈ ਕਿ ਦੂਜਾ ਵਿਆਹ ਕਰਵਾਊਗਾ, ਤਾਂ ਅੱਗੇ ਤੋਂ ਕਹਿੰਦਾ ਮਖੌਲੀ ਹੈ ਦੂਜਾ ਵਿਆਹ, ਅਸੀਂ ਮਰ ਗਏ, ਠੀਕ ਹੈ। ਹਾਸ ਰਸ ਪੈਦਾ ਕਰਨ ਵਾਲਾ। ਅਤੇ ਅੱਗੇ, ਹਾਂਜੀ, ਕੁਸ਼ਚਨਸ, ਨਿਹਾਲ ਕੌਰ ਮਨਜੀਤ ਨੂੰ ਕਿਸ ਤਰ੍ਹਾਂ ਤੰਗ ਕਰਦੀ ਹੈ, ਆਪਣੇ ਹੋ ਹੀ ਗਿਆ ਹੁਣ, ਆਪਣੇ ਪੜ੍ਹੇ ਲਿਆ ਕਿ ਸਾਰਾ ਹੀ, ਠੀਕ ਹੈ। ਕੁਸ਼ਚਨ ਅੱਗੇ, ਦੂਜਾ ਵਿਆਹ ਇਕਾਂਗੀ ਦਾ ਲੇਖਕ ਕੌਣ ਆ? ਸੰਤ ਸਿੰਘ ਸੇਖੋਂ। ਪਾਤਰ ਕਿਹੜੇ ਕਿਹੜੇ ਨੇ? ਨਿਹਾਲ ਕੌਰ ਸੁਖਦੇਵ ਦੀ ਮਾਂ ਹੈ, ਮਨਜੀਤ ਸੁਖਦੇਵ ਦੀ ਵਹੁਟੀ ਹੈ, ਭਾਵ ਕਿ ਉਹਦੀ ਨੂੰਹ ਹੈ ਨਿਹਾਲ ਕੌਰ ਦੀ, ਸੁਖਦੇਵ ਸਿੰਘ ਇੱਕ ਨੌਜਵਾਨ ਆ, ਗੁਰਦਿੱਤ ਸਿੰਘ ਸੁਖਦੇਵ ਦਾ ਪਿਓ ਆ, ਪਿਤਾ ਸੁਖਦੇਵ ਕੌਰ ਉਹਦੀ ਭੈਣ ਆ, ਜਾਂ ਨਿਹਾਲ ਕੌਰ ਦੀ ਜਿਹੜੀ ਕਿ ਆਪਾਂ ਕਹਿ ਸਕਦੇ ਵੀ ਲੜਕੀ ਹੈ। ਦੂਜਾ ਵਿਆਹ ਇਕਾਂਗੀ ਵਿੱਚ, ਇਕਾਂਗੀਕਾਰ ਨੇ ਸੱਸ ਅਤੇ ਨੂੰਹ ਦੀ ਟੱਕਰ ਦਾ ਕੀ ਸਮਾਧਾਨ ਪੇਸ਼ ਕੀਤਾ? ਕਿ ਨੂੰਹ ਨਾਲ ਵੀ ਉਵੇਂ ਦੇ ਸਲੂਕ ਕਰਨਾ ਚਾਹੀਦਾ ਜਿਵੇਂ ਜਿਹੜੇ ਕਿ ਇੱਕ ਮਾਂ ਆਪਣੀ ਪਰਾਏ ਘਰ ਦੇ ਵਿੱਚ ਵੀ ਇਹੀ ਧੀ ਦੇ ਨਾਲ ਉਮੀਦ ਕਰਦੀ ਕਿ ਉਹਦੇ ਨਾਲ ਇਹੋ ਜਿਹਾ ਸਲੂਕ ਹੋਵੇ ਵਧੀਆ, ਠੀਕ ਹੈ। ਦੂਜਾ ਵਿਆਹ ਇਕਾਂਗੀ ਦੇ ਆਰੰਭਿਕ ਦ੍ਰਿਸ਼, ਹਾਂਜੀ, ਆਰੰਭਿਕ ਦ੍ਰਿਸ਼ ਦੇ ਵਿੱਚ ਮਨਜੀਤ ਚੌਂਕੇ ਦੇ ਵਿੱਚ ਦੁਪਹਿਰ ਦੇ ਰੋਟੀ ਦਾ
ਆਹਰ ਪਾਹਰ ਕਰਦੀ ਹੋਈ ਇੱਧਰ ਉੱਧਰ ਘੁੰਮ ਰਹੀ ਹੈ, ਭਾਵ ਕਿ ਤਿਆਰੀ ਕਰ ਰਹੀ ਹੈ। ਨਿਹਾਲ ਕੌਰ ਨੁੱਕਰ ਵਿੱਚ ਬੈਠੀ ਚਰਖਾ ਕੱਤ ਰਹੀ ਹੈ। ਨਿਹਾਲ ਕੌਰ ਮਨਜੀਤ ਕੌਰ ਨੂੰ ਆਪਣੇ ਪੁੱਤਰ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਕਿਉਂ ਦਿੰਦੀ ਹੈ? ਇਹਦਾ ਕਾਰਨ ਇਹ ਸੀ ਕਿ ਨਿਹਾਲ ਕੌਰ ਨੂੰ ਸਾਰੀ ਉਮਰ ਆਪਣੇ ਪਤੀ ਵੱਲੋਂ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਮਿਲਦੀਆਂ ਰਹੀਆਂ, ਭਾਵ ਕਿ ਨਿਹਾਲ ਕੌਰ ਨੂੰ ਵੀ ਉਹਦਾ ਪਤੀ ਅਤੇ ਉਹਦੀ ਸੱਸ ਧਮਕੀਆਂ ਦਿੰਦੇ ਸੀ ਦੂਜਾ ਵਿਆਹ ਦੀਆਂ। ਤਾਂ ਫਿਰ ਉਹਨੂੰ ਐਂ ਲੱਗਦਾ ਸੀ ਵੀ ਆਪਣੀ ਨੂੰਹ ਨੂੰ ਕਾਬੂ ਦੇ ਵਿੱਚ ਰੱਖਣ ਦਾ ਇਹੀ ਇੱਕ ਢੰਗ ਆ, ਤਾਂ ਜਿਸ ਕਰਕੇ ਉਹ ਇਹ ਭਾਵਨਾ ਦੇ ਵਿੱਚ ਰੱਖ ਕੇ ਉਹਨੂੰ ਆਪਣੀ ਨੂੰਹ ਨੂੰ ਜਿਹੜੀ ਕਾਬੂ ਰੱਖਣ ਦਾ ਡਰ ਦਿੰਦੀ ਰਹਿੰਦੀ ਸੀ ਦੂਜੇ ਵਿਆਹ ਦਾ। ਸੁਖਦੇਵ ਕੌਰ ਦੀ ਚਿੱਠੀ ਆਉਣ ਨਾਲ ਕੀ ਹੁੰਦਾ? ਹਾਂਜੀ, ਆਪਣੇ ਹੋਏਗਾ ਪਤਾ ਹੀ ਹੈ ਤੁਹਾਨੂੰ ਕੀ ਹੁੰਦਾ ਕਿ ਜਦੋਂ ਚਿੱਠੀ ਆਉਂਦੀ ਉਹਦੇ ਵਿੱਚ ਲਿਖਿਆ ਹੁੰਦਾ ਕਿ ਉਹ ਦੂਜਾ ਵਿਆਹ ਕਰਵਾ ਰਿਹਾ ਹੈ ਨਾ। ਇੱਕ ਨਵਾਂ ਮੋੜ ਲਿਆ ਕਹਿੰਦੇ ਸਿਖਰ ਵੱਲ ਤੁਰਦੀ ਹੈ। ਸੁਖਦੇਵ ਕੌਰ ਨਿਹਾਲ ਕੌਰ ਦੀ ਧੀ ਹੈ ਅਤੇ ਉਸਦੀ ਚਿੱਠੀ ਵਿੱਚ ਲਿਖਿਆ ਹੁੰਦਾ ਕਿ ਉਸਦਾ ਪਤੀ ਦੂਜਾ ਵਿਆਹ ਕਰਨਾ ਚਾਹੁੰਦਾ। ਨਿਹਾਲ ਕੌਰ ਆਪਣੀ ਧੀ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਦੀ ਅਤੇ ਪਰ ਉਸਨੂੰ ਨਾਲ ਹੀ ਸਿੱਖਿਆ ਮਿਲ ਜਾਂਦੀ ਹੈ ਕਿ ਆਪਣੀ ਨੂੰਹ ਨੂੰ ਵੀ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਨ ਦੀ ਧਮਕੀ ਨਹੀਂ ਦੇਣੀ ਚਾਹੀਦੀ ਹੈ। ਫਿਰ ਆਪਣੀ ਨੂੰਹ ਤੋਂ ਮਾਫ਼ੀ ਮੰਗਦੀ ਹੈ। ਅੱਗੇ ਮਨਜੀਤ ਦੇ ਗੁਣ, ਚਰਿੱਤਰ ਦੇ ਗੁਣ ਲੌਂਗ ਕੁਸ਼ਚਨ 'ਚ ਹੀ ਆ ਜਾਊਗਾ, ਸਿਰਫ ਸਾਰੇ ਹੈਡਿੰਗਸ। ਠੀਕ ਹੈ, ਥੈਂਕਸ।